ਸਮਾਂ ਬਦਲ ਗਿਆ ਜਜ਼ਬਾਤ ਬਦਲ ਗਏ ਆ ਮੈਂ ਰਹਿ ਗਿਆ ਹੁਣੇ ਦੇ ਦਿੰਦੇ ਉੱਥੇ ਆ ਕੇ ਭੁੱਲਣਾ ਜਾਈਏ ਸਵਾਗਤ ਹੈ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਡੈਡੀ ਆ ਗਏ ਹੁਣ ਡੈਡੀ ਇਹਨਾਂ ਨੂੰ ਬੰਨਣਗੇ ਰੱਸੀਆਂ ਚੰਗੀ ਤਰ੍ਹਾਂ ਡੈਡੀ ਨੂੰ ਪਤਾ ਵੀ ਕਿਵੇਂ ਕਾਬੂ ਚ ਲਿਆ ਜਾਂਦਾ ਵਾ ਬੰਨ ਕੇ ਸੋ ਡੈਡੀ ਨੇ ਕਿ ਨੁਕਸ ਵੀ ਕੱਢਦਾ ਜਿਹੜਾ ਆਪਣਾ ਦੂਜਾ ਬੈਗ ਆ ਵੱਡਾ ਵੀ ਉਹਦੇ ਵਿੱਚ ਤੁਸੀਂ ਇੱਕ ਚਾਦਰ ਰੱਖਣੀ ਸੀ ਜੇ ਬੈਗ ਫੜਦਾ ਵੀ ਆ ਉਹਨੂੰ ਚਾਦਰ ਬਚਾ ਸਕਦੇ ਆ ਚਾਦਰ ਸਾਰਾ ਸਮਾਨ ਇਕੱਠਾ ਰੱਖੂਗੀ ਸੋ ਜਿਹੜੇ ਬੰਦੇ ਨੇ ਕਦੇ ਟਰੈਵਲ ਕੀਤਾ ਹੋਵੇ ਜਾਂ ਫੌਜ ਦੇ ਵਿੱਚ ਜਿਵੇਂ ਕਰਦੇ ਸੀ ਉਹਦੇ ਕਰਕੇ ਐਕਸਪੀਰੀਅੰਸ ਹੁੰਦਾ ਉਹਨਾਂ ਬੰਦਿਆਂ ਨੂੰ ਜ਼ਿਆਦਾ ਥੋੜਾ ਵੀ ਲਾਈਏ ਜਿੰਦੇ ਹਾਂਜੀ ਜਿੰਦੇ ਆਪਣੇ ਕੋਲ ਤਿੰਨ ਨਹੀਂ ਚਾਬੀਆਂ ਦੋ ਹੀ ਲੱਗ ਜਾਂਦੀਆਂ ਨੇ ਇਸ ਹਿਸਾਬ ਨਾਲ ਤਾਂ ਜੀ ਕੋਈ ਹੋਰ ਵੀ ਆਪਣੀ ਚਾਬੀ ਨਾਲ ਖੋਲ ਸਕਦਾ ਹਾਂ ਖੋਲ ਸਕਦਾ ਐਂ ਕਿਹੜਾ ਬਾਰੇ ਵੱਡੇ ਜਿੰਦੇ ਨੇ ਰੱਸੀਆਂ ਪੂਰੀਆਂ ਆ ਜਾਊਗੀਆਂ ਜੀ ਬਹੁਤ ਬੜੀ ਰੱਸੀ ਖੋਲ ਕੇ ਕੋਲ ਸੇ ਕਰ ਲਓ ਜਿਹੜੀ ਆਪਾਂ ਪਹਿਲਾਂ ਪਾਈ ਸੀ ਰੱਸੀ ਉਹਦੇ ਵਿੱਚ ਨਹੀਂ ਕੱਢ ਲੈਣਾ ਤੇ ਇਹਦੇ ਨਾਲ ਪਤਾ ਕੀ ਹੁੰਦਾ ਆ ਇਹ ਉਹ ਇੱਥੇ ਨਹੀਂ ਕੱਟਦਾ ਖਿੱਚ ਕੇ ਕੱਟ ਇਹ ਰੱਸੀਆਂ ਖਿੱਚ ਕੇ ਦੀਆਂ ਨਹੀਂ ਕਰਦੇ ਖਲੋਤੇ ਸੀ ਕਿਵੇਂ ਕਰਨ ਛੱਡ ਦੇ ਆ ਫੜ ਦੋ ਹਾਂ ਇਹਨੂੰ ਪੁੱਤਾ ਹੈ ਅੱਛਾ ਉੱਥੇ ਦੋ ਵਾਰ ਗਿਰਦਾ ਮੈਂ ਸਾਹਿਬ ਮੈਂ ਹਫਤੇ ਜੀ ਸਕੂਲ ਸਿੱਖ ਗਿਆ ਸੀਗਾ ਤੇਰਾ ਪੰਜਵਾਂ ਗੇੜਾ ਕੈਨੇਡਾ ਦਾ ਰੱਸੀ ਕੋਲ ਹੀ ਨਹੀਂ ਸਿੱਖੀ ਮੈਂ ਉਸ ਹਿਸਾਬ ਨਾਲ ਬੰਨਣੀ ਜ਼ਿਆਦਾ ਵੀ ਖੁੱਲਣੀ ਸੌਖੀਆਂ ਨੂੰ ਬੰਨ ਇਹਨਾਂ ਦੇ ਵਿੱਚ ਹੀ ਕਰਦਾ ਇਹਨਾਂ ਦੇ ਵਿੱਚ ਹੀ ਕੱਢ ਕੇ ਇਹਨੂੰ ਐਂ ਖਿੱਚ ਲੈਣਾ ਵਾ ਫਿਰ ਇਹਨੂੰ ਸਾਈਡਾਂ ਨੂੰ ਬਣਾਉਣਾ ਆਪਾਂ ਨੇ ਤੇ ਇਹਨੂੰ ਥੋੜਾ ਜਿਹਾ ਵੀ ਦੂਰ ਜੇ ਕਰ ਲੈਣਾ ਵਾ ਇਹਨਾਂ ਨੂੰ ਕੱਢਣਾ ਟਾਈਟ ਰੱਖ ਟਾਈਟ ਰੱਖਣੀ ਆ ਪੂਰੀ ਐਂ ਜੀ ਤੇ ਆ ਹੈਂਡਲ ਦੇ ਵਿੱਚ ਉੱਤੇ ਜੀ ਨਹੀਂ ਕੱਢਣੀ ਹੈ ਹੈਂਡਲ ਥੱਲੇ ਜੀ ਕੱਢਣੀ ਹੈ ਗਲਤੀ ਨਹੀਂ ਕਰਨੀ ਹੈ ਇਹ ਗਲਤੀ ਵੀ ਫਿਰ ਪੰਗਾ ਲੈ ਜਾ ਛੇਤੀ ਸਿੱਖ ਗਏ ਇਧਰੋਂ ਵੀ ਉਹ ਖੁੱਲ ਜਾ ਆ ਬੋਲ ਨਹੀਂ ਰਿਹਾ ਨੁਕਸਾਨ ਉਹਦਾ ਦੇ ਰੱਖ ਕਿਤੇ ਤੇ ਇਹ ਢਿੱਲੀ ਹੋ ਹਾਂ ਮੈਂ ਕਰ ਦਿੰਦਾ ਇਹਨੂੰ ਬਾਹਰ ਰੱਖੋ ਪਤਾ ਕੀ ਕਰਿਆ ਮਨੀ ਦੀ ਕਰੀ ਇੱਕ ਬੈਗ ਹੀ ਭੁੱਲ ਗਈ ਸੀ ਚਲੋ ਹੁਣ ਆਪਾਂ ਇਹਨਾਂ ਨੂੰ ਬਾਹਰ ਰੱਖ ਲੈਨੇ ਆ ਉਹਦਾ ਵੀ ਇੱਕ ਬੈਗ ਅੰਦਰ ਪਿਆ ਹੀ ਰਹਿ ਗਿਆ ਸੀਗਾ ਆ ਲੈ ਮੈਂ ਜੇ ਡਾਇਰੀ ਤੋਂ ਚੱਕ ਨਹੀਂ ਹੋਣਾ ਵਾਲਾ ਮੈਂ ਲੈ ਕਰਨਾ ਆ ਜਿਹੜਾ ਆਪਣਾ ਸਮਾਨ ਬਚ ਗਿਆ ਆ ਪਲੱਗ ਜਿਵੇਂ ਦੱਸਿਆ ਸੀ ਇਹ ਬਾਹਲਾ ਜ਼ਰੂਰੀ ਹੈ ਜੇ ਮੈਨੂੰ ਕੁਛ ਵੀ ਉੱਥੇ ਚਾਰਜਿੰਗ ਕਰਨੀ ਵੀ ਏਅਰਪੋਰਟ ਤੇ ਤਾਂ ਮੇਰੇ ਇਹ ਕੰਮ ਆਊਗਾ ਸੋ ਆਪਾਂ ਹੁਣ ਸਮਾਨ ਪਾਉਣੇ ਆ ਜੀ ਇਹਦੇ ਵਿੱਚ ਪਰ ਇਹ ਤੋਂ ਪਹਿਲਾਂ ਮੈਂ ਇੱਕ ਚੀਜ਼ ਦਿਖਾ ਦਿੰਦਾ ਮੈਂ ਕਹਿੰਦਾ ਸੀ ਵੀ ਤੇ ਮੈਂ ਕਲੀਪ ਘੜੀ ਪਹਿਲਾਂ ਦਿੱਤੀ ਸੀ ਇਹਨੂੰ ਘੜੀਆਂ ਦਾ ਬਹੁਤ ਸ਼ੌਂਕ ਆ ਮੈਨੂੰ ਨਹੀਂ ਹੈਗਾ ਬਿਲਕੁਲ ਵੀ ਸ਼ੌਂਕ ਨਾ ਮੈਨੂੰ ਪਤਾ ਕਿਹੜੀ ਘੜੀ ਹੁੰਦੀ ਹੈ ਇਹਦੇ ਲਈ ਆਹ ਘੜੀ ਆਰਡਰ ਕੀਤੀ ਸੀ ਕਿ ਚਾਹੀਏ ਤਾਂ ਚਲੋ ਸਸਤੀ ਜਿਹੀ ਪਰ ਇੱਕ ਵਧੀਆ ਬਹੁਤ ਲੱਗਦੀ ਹੈ ਸੋਹਣੀ ਬਹੁਤ ਲੱਗਦੀ ਆ ਤੇ ਫਿਰ ਮੈਂ ਕੱਲ੍ਹ ਜਦ ਰਾਹੀ ਗਿਆ ਸੀਗਾ ਸੋ ਕਿੱਥੇ ਉਹ ਸਰ ਹਾਂ ਇਹ ਚੋ ਮੈਂ ਇਹ ਚ ਰੱਖਤੀ ਸੀ ਇੱਕ ਹੋਰ ਘੜੀ ਮੈਂ ਇਹਦੇ ਲਈ ਆਉਂਦੀ ਸੀ ਮੈਂ ਕਿਹਾ ਚੱਲ ਇਹ ਹੈਗੀ ਆ ਗੋਲਡਨ ਅਤੇ ਇਹਦੇ ਵਿੱਚ ਡਾਇਮੰਡਸ ਲੱਗੇ ਹੋਏ ਨੇ ਬਾਕੀ ਤੁਸੀਂ ਸਮਝੇ ਜਾਇਓ ਅਤੇ ਇਹ ਹੁਣ ਬਾਅਦ ਚੋਂ ਲਾ ਕੇ ਦੇਖ ਲਓ ਵੀ ਇੱਦਾਂ ਦੀ ਆ ਸੋਹਣੀ ਆ ਮਤਲਬ ਕਿ ਸਿੰਪਲ ਜੀ ਅਤੇ ਇਹਨੂੰ ਵਧੀਆ ਲੱਗਦੀਆਂ ਨੇ ਸੋ ਇਹਦੇ ਲਈ ਮੈਂ ਆਹ ਘੜੀ ਲਿਆ ਸੀ ਥੋੜ੍ਹੀ ਜਿਹੀ ਐਜ਼ ਅ ਗਿਫਟ ਅਤੇ ਹੁਣ ਆਪਾਂ ਆਪਣਾ ਸਾਰਾ ਸਮਾਨ ਪਾਉਣੇ ਆ ਜੀ ਟਿਸ਼ੂ ਪੇਪਰ ਲੈ ਰਹੇ ਮਾਸਕ ਲੈ ਰਹੇ ਨਵੇਂ ਬੈਗ ਲੈ ਰਹੇ ਵੀ ਉਹਦੇ ਘੱਟ ਨਹੀਂ ਕਰੀਏ ਸੋ ਕੱਲ੍ਹ ਲੈਪਟਾਪ ਵਾਲਾ ਬਾਈ ਗੁੱਸਾ ਕਰ ਗਿਆ ਸੀ ਮੈਂ ਕਿਹਾ ਵੀਰੇ ਚ ਲੈਪਟਾਪ ਆ ਜਾਊਗਾ ਕਹਿੰਦਾ ਪਾ ਕੇ ਦਿਖਾਵਾਂ ਆਪਣੀ ਮੈਂ ਕਿਹਾ ਨਹੀਂ ਨਹੀਂ ਕੋਈ ਨਹੀਂ ਠੀਕ ਆ ਮੈਂ ਮੰਨ ਲੈਂਦਾ ਇਹ ਵੀ ਸੋ ਟੈਬਲੇਟ ਹੋ ਗਈ ਆਪਣੀ ਚਾਰਜਿੰਗ ਵਾਲੀ ਬ੍ਰਿਕ ਹੋ ਗਈ ਦੋਨੇ ਫੋਨ ਦੀ ਵੀ ਅਤੇ ਇਹਦੀ ਵੀ ਇਹ ਪਾ ਲੈਂਦੇ ਹਾਂ ਦੋ ਪੈਨ ਲੈ ਲਏ ਮੈਂ ਕਿਹਾ ਵੀ ਉੱਥੇ ਪੈਨ ਦੀ ਲੋੜ ਪੈ ਸਕਦੀ ਹੈ ਵੀ ਫੋਰਮ ਫੋਰਮ ਫਿਲ ਕਰਨਾ ਹੁੰਦਾ ਆਹ ਸਾਰਾ ਆਪਣੀ ਟਿਕਟ ਵਾਲੀ ਜਿਹੜੀ ਇਨਫੋਰਮੇਸ਼ਨ ਆ ਉਹ ਪਾ ਲੈਂਦੇ ਆਪਾਂ ਇਹ ਲੈਪਟੋਪ ਦੇ ਨਾਲ ਹੀ ਪਾ ਲੈਂਦੇ ਹਾਂ ਜਾਂ ਫਿਰ ਪੇਪਰ ਫੋਲਡ ਨਹੀਂ ਹੋਣਗੇ ਟਿਸ਼ੂ ਪੇਪਰ ਹੋ ਗਏ ਆਪਣੇ ਇੰਨਾ ਸਮਾਨ ਸੀਗਾ ਜੀ ਆਪਣਾ ਪਾਸਪੋਰਟ ਵਗੈਰਾ ਇਹ 'ਚ ਮੈਂ ਕੈਰੀ ਕਰ ਲੈਣਾ ਮੈਨੂੰ ਈਜ਼ੀ ਰਹਿੰਦਾ ਵਾਲਟ ਵੀ ਮੈਂ ਇਹ 'ਚ ਪਾ ਲੈਂਦਾ ਵਾ ਇਹ ਵੀ ਬਹੁਤ ਪੁਰਾਣਾ ਵਾ ਪਤਾ ਨਹੀਂ ਕਿਹੜੇ ਵੇੜਿਆਂ ਦਾ ਪਰ ਇਹਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਕਿੰਨੇ ਸਾਲ ਹੋ ਗਏ ਇਹਨੂੰ ਕੁਛ ਵੀ ਨਹੀਂ ਹੋਇਆ ਮੈਂ ਇਹੀ ਯੂਜ਼ ਕਰਦਾ ਬੜਾ ਸਿੰਪਲ ਜਿਹਾ ਡਿਜ਼ਾਈਨ ਆ ਇਹਦਾ ਮੇਰੇ ਤੋਂ ਇੱਕ ਦੋ ਜਣੇ ਨੇ ਪੁੱਛਿਆ ਵੀ ਕਿੱਥੋਂ ਦਿੱਤਾ ਵਾ ਬਟ ਮੈਨੂੰ ਵੀ ਨਹੀਂ ਪਤਾ ਇਹ ਘਰੀ ਪਿਆ ਸੀ ਮੈਂ ਇਹੀ ਯੂਜ਼ ਕਰਦਾ ਵਾ ਸੋ ਇੰਨਾ ਸਮਾਨ ਸੀ ਆਪਣਾ ਰੈਡੀ ਹੋ ਗਿਆ ਇਹਦੇ ਵਿੱਚ ਆ ਇੱਕ ਟਾਵਲ ਲੈ ਲੈਂਦੇ ਹਾਂ ਬਿਲਕੁਲ ਹੀ ਸਿੱਟਣੇ ਵਾਲਾ ਟਾਵਲ ਆ ਜੀ ਰਾਸਤੇ ਕਈ ਵਾਰ ਲੋੜ ਪੈ ਜਾਂਦੀ ਆ ਸੋ ਉੱਥੇ ਯੂਜ਼ ਕਰ ਲਾਂਗੇ ਇਹਨੂੰ ਆਪਾਂ ਇਹ ਵੀ ਵਿੱਚ ਲੈ ਲੈਣਾ ਇਹਦਾ ਕੱਪੜਾ ਅਜੇ ਚਿਪਸ ਦੇ ਪੈਕਟ ਲਏ ਨੇ ਇਹਨਾਂ ਦੇ ਲੈਣ ਦਾ ਮੇਨ ਕਾਰਨ ਆ 2 GB ਡੇਟਾ ਅਤੇ ਉੱਦਾਂ 50 ਰੁਪਏ ਦਾ 3 GB ਮਿਲਦਾ ਜੀ 40 ਰੁਪਏ 'ਚ ਆਪਾਂ ਨੂੰ 4 GB ਮਿਲ ਜਾਣਾ ਬਾਕੀ ਸਮਾਨ ਰੈਡੀ ਆ
थोड़ा जा खोआ ले लिया बर्फी ले ली ते ब्रांड साहब आए ने स्पेशली मिलना पा वैसे डैडी नहीं जा रहे इस बार मैक मनराज जाएंगे डैडी क्योंकि काम कर करके थोड़ी थकावट भी हो जाती है मंडी च बैठे रहते हैं ओके जी सारे रख दी खड़ी नंबर एक महीने का सफर छे महीनों तो बद का हो गया सो वधिया सारा कुछ पिछले दो सालों तो मैं कैनेडा की गर्मी नहीं देखी है मैं ठंड से जाना उत्थे इस बार मैं किन्ने सालों बाद दिवाली देखी काफ़ी चीज़ा इतने इंडिया के जड़िया हुई हैं तो गड्डी ले ली आप इस बार काफ़ी कुछ नवं हो पिछले दो सालों से काफ़ी चीज़ा चेंज हुई सो आप चलते हैं जी हूँ तो घर के भी एक महीने आप निकलते हैं जर्नी शुरू करते हैं सारे जी हूं होपफुली कनेडा जाके मिलेंगे कोविड टेस्ट सही निकल जाए बाकी सारा कुछ ठीक है ब्राड साहब आए बहुत जाम के लंघ के मिलने वास्ते दो घंटे जाम च ते बाकी ब्राड साहब दी गल्लां दा मतलब बहुत देर बाद पता लगता हूँ ब्राड साहब भी जल्दी एक सरप्राइज दे रहे हैं थोड़ा सून वेरी सून तो ठीक है मैं फोन के मेरे मिलेंगे फिर जल्दी तो सारे जी प्यार भरी सत श्री अकाल सारे ਸਤਿ ਸ੍ਰੀ ਅਕਾਲ ਬੁਲਾ ਲਿਓ ਜੀ ਚਲੋ ਠੀਕ ਆ ਜੀ ਬਾਏ 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 ਬਾਏ